ਜਿਹੜਾ ਆਪਣੇ ਆਪ ਕੁਛ ਕਰਨ ਦਾ ਜਜ਼ਬਾ ਹੈ ਨਾ ਸਾਡੇ ਅੰਦਰ, ਉਹ ਜਿੰਨਾ ਚਿਰ ਪੈਦਾ ਨਹੀਂ ਹੁੰਦਾ ਉਨਾ ਚਿਰ ਅਸੀਂ ਆਪਣੀ ਪਲੈਨਿੰਗ ਆਪ ਕਰਨ ਦੇ ਸਮਰੱਥ ਨਹੀਂ ਹੁੰਦੇ। ਹੁਣ ਜਿਹੜੀ ਮੈਂ ਗੱਲ ਕਰਦਾ ਸੀ ਵੀ ਨੁਕਸਾਨ ਉਹਦਾ ਕੀ ਹੁੰਦਾ, ਨੁਕਸਾਨ ਇਹ ਹੁੰਦਾ ਵੀ ਕਿਉਂਕਿ ਤੁਸੀਂ ਪਲੈਨਿੰਗ ਨਹੀਂ ਕਰਦੇ, ਕੋਈ ਪਲੈਨਿੰਗ ਦੂਜੇ ਕਰਦੇ ਆ ਤੇ ਤੁਸੀਂ ਰਿਐਕਟਿਵ ਹੋ ਕੇ ਵਿਚਰਦੇ ਆ, ਹਰ ਗੱਲ ਦੇ ਵਿੱਚ ਤੁਸੀਂ ਪ੍ਰਤੀਕਰਮਕ ਹੁੰਦੇ ਆ। ਜਿਹੜਾ ਪ੍ਰਤੀਕਰਮਕ ਸੁਭਾਅ ਵਾਲਾ ਬੰਦਾ ਆ ਉਹਦਾ ਸੁਭਾਅ ਸ਼ੱਕੀ ਵੀ ਹੋਊਗਾ, ਹਰ ਗੱਲ ਤੇ ਸ਼ੱਕ ਕਰੂਗਾ ਤੇ ਉਹਦੇ ਅੰਦਰ ਈਰਖਾ ਵੀ ਹੋਊਗੀ ਕਿਉਂਕਿ ਪਲੈਨਿੰਗ ਕੋਈ ਨਹੀਂ ਕਰ ਰਿਹਾ। ਜਿਹੜੇ ਪਲੈਨਿੰਗ ਕਰਦੇ ਆ ਉਹ ਸਕਸੈਸਫੁਲ ਹੁੰਦੇ ਜਾ ਰਹੇ ਆ, ਉਹਨਾਂ ਦਾ ਐਕਸਪੀਰੀਅੰਸ ਹੁੰਦਾ ਜਾ ਰਿਹਾ ਆ, ਉਹਨਾਂ ਦਾ ਆਤਮ ਵਿਸ਼ਵਾਸ ਵੱਧਦਾ ਜਾ ਰਿਹਾ ਆ, ਉਹਨਾਂ ਨੂੰ ਗਾਹਾਂ ਹੋਰ ਖੇਤਰਾਂ 'ਚ ਜਾਣਕਾਰੀ ਮਿਲੀ ਜਾਂਦੀ ਆ, ਉਹਨਾਂ ਦੀ ਪਹਿਚਾਣ ਵਧੀ ਜਾਂਦੀ ਆ। ਤੇ ਉਹ ਬੰਦਾ ਜਿਹੜਾ ਇਹ ਸੋਚ ਕੇ ਬੈਠਾ ਵੀ ਪਲੈਨਿੰਗ ਕਾਹਤੇ ਕਰਨੀ ਆ, ਅਸੀਂ ਮਾਰਿਆ ਕੰਮ ਦੇ, ਉਹਦੇ ਅੰਦਰ ਈਰਖਾ ਜ਼ਰੂਰ ਆਊਗੀ। ਹੁਣ ਜਿਹੜਾ ਦੂਜਿਆਂ ਦੇ ਉੱਤੇ ਸ਼ੱਕ ਕਰ ਰਿਹਾ ਆ, ਕੋਈ ਵੀ ਗੱਲ ਹੋਵੇ ਆਪਣੀ ਪਰਸਨੈਲਿਟੀ ਦੇ ਪ੍ਰਤੀ, ਆਪਣੇ ਆਪ ਪ੍ਰਤੀ ਤਾਂ ਸ਼ੱਕੀ ਹੁੰਦਾ ਹੀ ਆ ਕਿਉਂਕਿ ਉਹਨੂੰ ਭਰੋਸਾ ਨਹੀਂ ਹੁੰਦਾ ਆਪਣੇ ਆਪ ਤੇ, ਵਿਸ਼ਵਾਸ ਨਹੀਂ ਹੁੰਦਾ, ਉਹ ਦੂਜਿਆਂ ਦੇ ਪ੍ਰਤੀ ਕੋਈ ਵੀ ਘਟਨਾ ਵਾਪਰੇ ਸ਼ੱਕ ਬਹੁਤ ਜ਼ਿਆਦਾ ਹੁੰਦੀ ਆ। ਦੂਜੀ ਗੱਲ ਉਹਨੂੰ ਜਦੋਂ ਕੰਮ ਕਰਕੇ ਸਫਲ ਹੁੰਦੇ ਆ ਉਹਨਾਂ ਦੇ ਨਾਲ ਈਰਖਾ ਹੁੰਦੀ ਆ, ਫਿਰ ਜਦੋਂ ਦੂਜੇ ਸਫਲ ਹੋਣਗੇ ਉਹ ਆਪਣੇ ਆਪ ਨੂੰ ਪਛੜਿਆ ਮਹਿਸੂਸ ਕਰੂਗਾ, ਫਿਰ ਉਹਦੇ ਅੰਦਰ ਸ਼ਿਕਾਇਤ ਕਰਨ ਵਾਲੀ ਬਿਰਤੀ ਉਪਜਦੀ ਆ। ਹਰ ਗੱਲ ਦੇ ਉੱਤੇ ਜਿਹੜੀ ਵੀ ਰਿਲੇਸ਼ਨਸ਼ਿਪ ਦੇ ਵਿੱਚ ਹੋਊਗਾ ਉਹ ਸ਼ਿਕਾਇਤਾਂ ਜ਼ਰੂਰ, ਰੋਸੇ ਜ਼ਰੂਰ ਕਰੂਗਾ, ਔਰ ਉਹਦੀਆਂ ਸ਼ਿਕਾਇਤਾਂ ਉਹਦੇ ਰੋਸੇ ਨਿਰ ਆਧਾਰ ਹੋਊਗੇ ਕਿਉਂਕਿ ਕਲਪਨਾ ਦੇ ਵਿੱਚ ਜੀ ਰਿਹਾ ਹੈ, ਸ਼ੱਕੀ ਜੂਗਾ, ਆਪਣਾ ਸਵਾ ਸ਼ੱਕੀ ਬਣਿਆ ਹੈ, ਉਹ ਜਿਹੜੀ ਕਲਪਨਾ ਹੈ ਉਹਦੀ ਹਮੇਸ਼ਾ ਨੈਗੇਟਿਵ ਰਹੂਗੀ, ਢਲਾਣ ਵਾਲੇ ਪਾਸੇ ਨੂੰ ਜਾਊਗੀ ਤੇ ਉਹਦੀ ਇੱਕ ਪ੍ਰੋਬਲਮ ਬਣਦੀ ਆ। ਜਦੋਂ ਵੀ ਉਹਦੇ ਆਲੇ ਦੁਆਲੇ ਕੋਈ ਬੰਦਾ ਸਫਲ ਹੁੰਦਾ ਹੈ ਨਾ, ਕੋਈ ਬੰਦਾ ਮਿਹਨਤ ਕਰਦਾ ਆ ਤੇ ਹਰ ਵਾਰ ਉਹਨੂੰ ਲੱਗਦਾ ਵੀ ਇਹ ਮੇਰਾ ਹੱਕ ਖੋ ਕੇ ਲੈ ਗਿਆ, ਯੋਗਤਾ ਮੇਰੇ ਚ ਬਹੁਤ ਆ, ਹੁਣ ਯੋਗਤਾ ਹੈਗੀ ਆ ਪਰ ਪਲੈਨਿੰਗ ਨਹੀਂ ਕਰ ਰਿਹਾ ਤੇ ਜਿੱਥੇ ਵੀ ਜਾਊਗਾ ਉਹ ਇਹ ਚੇਤਾ ਭੁੱਲ ਜਾਂਦਾ ਆ ਵੀ ਮੈਂ ਕਿਸੇ ਦੀ ਹੋਰ ਦੀ ਪਲੈਨਿੰਗ ਵਿੱਚ ਬੈਠਣ ਲੱਗਾ ਆ, ਇਹ ਅਗਲੇ ਦੀ ਮਰਜ਼ੀ ਆ ਉਹਨੂੰ ਮੈਨੂੰ ਕਿੰਨਾ ਚਿਰ ਵਰਤਣਾ ਕਿੱਥੇ ਵਰਤਣਾ ਆ। ਹੁਣ ਇਹੋ ਜੇ ਸੁਭਾਅ ਕਰਕੇ ਜੇ ਤੁਸੀਂ ਆਪਣੇ ਆਪ ਨੂੰ ਕਲਪਨਾ ਕਰਕੇ ਇੱਦਾਂ ਇਮੈਜਿਨ ਕਰੋ ਵੀ ਤੁਸੀਂ ਵਿਆਹ ਕਰਾਇਆ, ਵਾਈਫ ਆ ਤੁਹਾਡੀ ਪਰ ਸੁਭਾਅ ਆ ਤੁਹਾਡਾ ਵੀ ਤੁਸੀਂ ਕਹਿੰਦੇ ਵੀ ਕੋਈ ਨਹੀਂ ਵੀ ਸਿਰਦਰਦੀ ਕਾਹਨੂੰ ਲੈਣੀ ਆ। ਹੁਣ ਉਹਦੇ ਚ ਕੀ ਹੋਣਾ ਆ, ਵਾਈਫ ਨੇ ਮਿਹਨਤ ਕਰਕੇ ਸਫਲ ਹੋ ਜਾਣਾ, ਹੁਣ ਕੁਛ ਟਾਈਮ ਤੱਕ ਤਾਂ ਤੁਹਾਨੂੰ ਮੌਜ ਲੱਗੂਗੀ ਇਹ ਵੀ ਵਧੀਆ ਆ, ਉਹ ਸਿਰਦਰਦੀ ਲੈ ਰਹੀ ਆ, ਠੀਕ ਹੈ, ਜੋਬ ਕਰਦੀ ਆ, ਪੈਸਾ ਆ, ਮੈਂ ਠੀਕ ਆ, ਮੈਂ ਦਿਹਾੜੀ ਕਰੀ ਜਾਣਾ, ਠੀਕ ਆ, ਪਰ ਕਿਸੇ ਨਾ ਕਿਸੇ ਸਟੇਜ ਤੇ ਜਾ ਕੇ ਇਹ ਨਹੀਂ ਇਕੱਲਾ ਹੋਣਾ ਵੀ ਉਹਨੂੰ ਸਿਰਫ ਪੈਸੇ ਲੈ ਕੇ ਆਉਣੇ ਆ, ਇਹ ਨਹੀਂ ਹੋਣਾ ਵੀ ਤੁਹਾਨੂੰ ਮੌਜ ਲੈਣੀ ਆ, ਨਾਲ ਉਹਦੇ ਇਹ ਵੀ ਹੋਣਾ ਆ ਵੀ ਉਹਦੀ ਪਹਿਚਾਣ ਵੱਧ ਜਾਣੀ ਆ, ਉਹਦਾ ਕੌਨਫੀਡੈਂਸ ਵੱਧ ਜਾਣਾ, ਉਹਦੀ ਐਪਰੀਸੀਏਸ਼ਨ ਤੁਹਾਡੇ ਨਾਲੋਂ ਜ਼ਿਆਦਾ ਹੋਣੀ ਆ। ਜਦੋਂ ਉਹਦੀ ਪਹਿਚਾਣ ਵੱਧ ਗਈ ਫਿਰ ਲੋਕਾਂ ਨੇ ਤੁਹਾਨੂੰ ਉਹਦੇ ਪਤੀ ਕਰਕੇ ਜਾਣਨਾ ਆ, ਉੱਥੇ ਕਿਤੇ ਨਾ ਕਿਤੇ ਜਾ ਕੇ ਤੁਹਾਡੇ ਅੰਦਰ ਪਹਿਲੀ ਗੱਲ ਤਾਂ ਇਹ ਆ, ਉੱਥੇ ਖਤਰਾ ਇਹ ਆ ਵੀ ਜਿਹੜਾ ਪਾਰਟਨਰ ਆ ਤੁਹਾਡਾ, ਜਿਹੜੀ ਵਾਈਫ ਆ ਤੁਹਾਡੀ, ਹੋ ਸਕਦਾ ਉਹਨੂੰ ਆਪਣੇ ਆਪ ਦੇ ਵਿੱਚ ਤੁਹਾਡੇ ਨਾਲ ਤੁਰਦੀ ਨੂੰ, ਤੁਹਾਡੇ ਨਾਲ ਜਿੰਦੀ ਨੂੰ ਹੀਣ ਭਾਵਨਾ ਆਉਣ ਲੱਗ ਪਵੇ, ਇਹ ਸੋਚ ਕੇ ਵੀ ਮੈਂ ਸ਼ਰਮਾ ਵੀ ਉਹਨੂੰ ਜਾਂਦੀ ਨੂੰ। ਦੂਜੀ ਗੱਲ ਆ, ਉਹਦੀ ਮਿਹਨਤ ਜ਼ਿਆਦਾ ਹੋਣੀ ਆ, ਉਹਦਾ ਵਿਸ਼ਵਾਸ ਜ਼ਿਆਦਾ ਵੱਧ ਜਾਣਾ ਆ, ਉਹਦੇ ਕੋਲ ਮੌਕੇ ਜ਼ਿਆਦਾ ਹੋਣੇ ਆ, ਉਹ ਮੌਕਿਆਂ ਦੇ ਜਿੰਨੇ ਅਵੇਲੇਬਲ ਉਹਨੂੰ ਓਪਰਚੁਨਿਟੀਜ਼ ਮਿਲਣੀਆਂ ਆ ਸਾਰਿਆਂ ਨੂੰ ਉਹਨੇ ਗੇਨ ਕਰਨਾ, ਉਹਦੇ ਵਿੱਚ ਹੀ ਉਹਨੇ ਅੱਗੇ ਵੱਧ ਹੀ ਜਾਣਾ, ਉਹਦੇ ਨਾਲ ਉਹਦਾ ਗਿਆਨ ਦਾ ਪੱਧਰ ਵਧਣਾ ਆ, ਉਹਦੀ ਸੋਚ ਦਾ ਪੱਧਰ ਉੱਚਾ ਹੋਣਾ ਆ, ਉਹਦੀ ਗੱਲਬਾਤ ਦਾ ਪੱਧਰ ਬਦਲ ਜਾਣਾ ਆ,
ਹੁਣ ਉਸ ਵੇਲੇ ਜੇ ਤੁਸੀਂ ਕਹੋ ਇੱਕ ਬੰਦਾ ਜਿਹੜਾ ਨਿਰਾਸ਼ਾ ਵਿੱਚ ਰਹਿ ਰਿਹਾ ਆ, ਜਿਹੜਾ ਸ਼ੱਕੀ ਸੁਭਾਅ ਆ, ਜਿਹੜਾ ਨਿਵਾਣ ਵੱਲ ਨੂੰ ਜਾ ਰਿਹਾ ਆ, ਉਹਦੇ ਕੋਲੋਂ ਉਤਸ਼ਾਹ ਵਾਲੀ ਗੱਲ ਕਿੱਦਾਂ ਨਿਕਲੂਗੀ? ਹੁਣ ਜਦੋਂ ਉਹ ਔਰਤ ਕੁਛ ਉਤਸ਼ਾਹ ਵਾਲੀ ਗੱਲ ਕਰੂਗੀ, ਚੜ੍ਹਦੀ ਕਲਾ ਵਾਲੀ ਗੱਲ ਕਰੂਗੀ, ਅੱਗੇ ਵਧਣੇ ਵਾਲੀ ਗੱਲ ਕਰੂਗੀ, ਫਿਰ ਉਹਨੂੰ ਹਰੇਕ ਵਾਰੀ ਲੱਗੂਗਾ ਵੀ ਮੈਨੂੰ ਲਾ ਕੇ ਕਹਿੰਦੀ ਆ, ਮੇਰੀ ਬੇਇੱਜ਼ਤੀ ਕਰ ਰਹੀ। ਇਹੋ ਜਿਹਾ ਸੁਭਾਅ ਵਾਲਾ ਬੰਦਾ ਛੋਟੀ ਛੋਟੀ ਗੱਲ ਤੋਂ ਬੇਇੱਜ਼ਤ ਹੋਇਆ ਮਹਿਸੂਸ ਕਰਦਾ ਹੈ। ਮਾੜੀ ਮਾੜੀ ਗੱਲ ਤੇ ਉਹ ਕਹਿੰਦਾ ਵੀ ਮੇਰੇ ਮਾਣ ਦੀ ਹਾਨੀ ਕੀਤੀ, ਮੇਰੀ ਬੇਇੱਜ਼ਤੀ ਕੀਤੀ। ਨਹੀਂ ਤਾਂ ਜਿਹੜਾ ਬੰਦਾ ਅੱਗੇ ਵੱਧ ਰਿਹਾ ਹੁੰਦਾ ਨਾ, ਜਿਹੜਾ ਉਸਾਰੂ ਹੁੰਦਾ, ਉਹਦੇ ਕੋਲ ਰੋਸਾ ਕਰਨ ਦਾ ਟਾਈਮ ਨਹੀਂ ਰਹਿੰਦਾ। ਸੱਚ ਜਾਣਿਓ ਉਹ ਤਾਂ ਮੌਤ ਨਾਲ ਵੀ ਰੋਸਾ ਨਹੀਂ ਕਰਦਾ। ਜੇ ਕਿਤੇ ਮੌਕਾ ਬਣੇ ਨਾ ਇੱਦਾਂ, ਉਹ ਤਾਂ ਕਹਿੰਦਾ ਵਿਆਹ ਕੇ ਲਿਆਊ, ਉਹ ਤਾਂ ਹਿੱਕ ਚ ਵੱਜਦਾ ਜਾ ਕੇ। ਜਿਹਨਾਂ ਨੂੰ ਅਸੀਂ ਯੋਧੇ ਕਹਿੰਦੇ ਹਾਂ ਨਾ, ਜਿਹਨਾਂ ਨੂੰ ਸ਼ਹੀਦ ਕਹਿੰਦੇ ਆ, ਕਾਰਨ ਇਹ ਆ ਉਹ ਇੱਦਾਂ ਨਹੀਂ ਹੈਗਾ ਤੁਸੀਂ ਕਹੋ ਸੁਖਮਨੀ ਸਾਹਿਬ ਦਾ ਪਾਠ ਕਰਨੇ ਨਾ, ਇੱਦਾਂ ਜਾਪ ਸਾਹਿਬ ਦਾ ਪਾਠ ਕਰਨੇ ਨਾ। ਨਹੀਂ ਭਰਾਵੋ, ਇੱਕ ਉਸਾਰੂ ਸੋਚਿਆ, ਆਪਣੀ ਪਲੈਨਿੰਗ ਕਰਨ ਵਾਲੀ ਸੋਚਿਆ, ਜਿਹਦੇ ਵਿੱਚ ਆਤਮ ਵਿਸ਼ਵਾਸ ਵੱਧਦਾ ਆ, ਦ੍ਰਿੜਤਾ ਵੱਧਦੀ ਆ ਤੁਹਾਡੀ, ਤੁਹਾਡੇ ਅੰਦਰ ਪੈਸ਼ਨ ਜਿਹੜਾ ਹਰ ਵੇਲੇ ਜਿੰਦਾ ਰਹਿੰਦਾ, ਜਾਗਦਾ ਰਹਿੰਦਾ, ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ। ਉੱਥੇ ਫੇਲੀਅਰ ਦਾ ਨਾਂ ਕੋਈ ਨਹੀਂ ਹੈਗਾ, ਕਿਉਂਕਿ ਸਫਲ ਹੋਣ ਲਈ ਕੁਛ ਨਹੀਂ ਕਰ ਰਿਹਾ, ਉਹਦਾ ਸੁਭਾਅ ਆ ਵੀ ਕੁਛ ਕਰਨਾ ਆ। ਜਿਹੜੇ ਰਿਸਕ ਲੈ ਰਿਹਾ ਆ ਉਹ ਰਿਵਾਰਡ ਲੈਣ ਲਈ ਨਹੀਂ ਕਰ ਰਿਹਾ, ਬਸ ਉਹਨੂੰ ਜਾਣੀ ਲਹਿਰਾਂ ਦੇ ਨਾਲ ਨਾ ਜਿੱਦਾਂ ਟਕਰਾ ਕੇ ਇੱਦਾਂ ਖਹਿ ਕੇ ਨੰਗੜ ਦੀ ਆਦਤ ਪੈਂਦੀ ਆ। ਐਡਵੈਂਚਰ ਆ ਜਿੱਥੇ, ਉੱਥੇ ਸਵਾਦ ਆਉਂਦਾ ਉਹ ਜ਼ਿੰਦਗੀ ਦਾ, ਉੱਥੇ ਰੋਸਾ ਨਹੀਂ ਰਹਿੰਦਾ, ਉੱਥੇ ਸ਼ਿਕਾਇਤ ਨਹੀਂ ਰਹਿੰਦੀ, ਉੱਥੇ ਕਿਸੇ ਨੂੰ ਪਛਾੜਨ ਦੀ ਬਿਰਤੀ ਨਹੀਂ ਹੈ ਕਿਸੇ ਨੂੰ। ਉਹ ਬੰਦਾ ਧੋਖਾ ਨਹੀਂ ਦਊਗਾ ਕਦੇ, ਉਹਦੇ ਅੰਦਰ ਭਰੋਸਾ ਬਹੁਤ ਹੁੰਦਾ, ਕਿਉਂਕਿ ਆਪਣੇ ਆਪ ਤੇ ਭਰੋਸਾ ਹੁੰਦਾ, ਦੂਜਿਆਂ ਤੇ ਵੀ ਹੁੰਦਾ। ਉਹਨੂੰ ਧੋਖਾ ਮਿਲਦਾ ਜਾਊਗਾ, ਉਹਨੂੰ ਦੁਨੀਆਂ ਤਾਂ ਧੋਖਾ ਦੇ ਦਊਗੀ, ਆਪ ਧੋਖਾ ਨਹੀਂ ਦਊਗਾ ਕਿਸੇ ਨੂੰ, ਕਿਉਂਕਿ ਟਾਈਮ ਹੀ ਨਹੀਂ ਉਹਦੇ ਕੋਲ। ਉਹ ਦੂਜੇ ਕਿਸੇ ਪਰਸਨੈਲਿਟੀ ਨੂੰ ਮੁੱਖ ਰੱਖ ਕੇ ਨਹੀਂ ਪਲੈਨਿੰਗ ਕਰ ਰਿਹਾ ਹੋਊਗਾ, ਉਹਦੇ ਅੰਦਰ ਆਪਣਾ ਕੰਮ। ਉਹ ਤਾਂ ਦੁਨੀਆ, ਹੁਣ ਦੇਖੋ ਗੁਰੂ ਸਾਹਿਬ ਨੂੰ ਦੇਖੋ, ਬਾਕੀਆਂ ਨੂੰ ਲੱਗ ਰਿਹਾ ਆ ਉਹ ਜਾ ਕੇ ਜਹਾਂਗੀਰ ਕੋ ਪਟਸਿਆਪਾ ਕਰਦੇ ਆ ਪਿਆ, ਸਾਨੂੰ ਕਹਿਤਾ ਠੀਕ ਹੈ। ਗੁਰੂ ਸਾਹਿਬ ਦਾ ਮਿਸ਼ਨ ਕਿਤੇ ਕਿਸੇ ਨੂੰ ਥੱਲੇ ਸਿੱਟਣਾ ਥੋੜੀ ਆ। ਜੇ ਗੱਲ ਬ੍ਰਾਹਮਣ ਨੂੰ ਭਗਤ ਜੀ ਕਹਿ ਰਹੇ ਆ, ਕਿਸੇ ਨੂੰ ਕਹਿ ਰਹੇ, ਇਸ ਕਰਕੇ ਕਹਿ ਰਹੇ ਆ ਵੀ ਤੂੰ ਯਾਰ ਸੋਨੇ ਵਰਗੇ ਮਨੁੱਖ ਆ, ਸਾਰੇ ਇੱਕੋ ਜਿਹੇ ਪੈਦਾ ਹੋਏ ਆ, ਜਿੱਦਾਂ ਬਾਕੀ ਪੈਦਾ ਹੋਏ ਉਦਾਂ ਦਾ ਤੂੰ ਆ, ਤੂੰ ਇਹ ਨਿਯਮ ਬਣਾ ਕੇ ਬਾਕੀਆਂ ਨੂੰ ਗੁਲਾਮ ਕਿਉਂ ਰੱਖ ਰਿਹਾ, ਮਸਲਾ ਇਹ ਆ। ਉੱਥੇ ਇਹ ਨਹੀਂ ਹੈਗਾ, ਉਹਨਾਂ ਨੂੰ ਇਹ ਜੈਲਸ ਨਹੀਂ ਹੈਗੀ ਵੀ ਮੈਂ ਜਲਾਹਾ, ਮੈਂ ਖੱਡੀ ਬੁਣੀ ਜਾਂਦਾ, ਇਹ ਕਰੋੜਾਂਪਤੀ ਹੋ ਕੇ ਬੈਠਾ, ਇਹ ਪ੍ਰੋਬਲਮ ਨਹੀਂ ਹੈ। ਉਹ ਤਾਂ ਬੜੇ ਆਨੰਦ ਵਿੱਚ ਆ। ਜੇ ਇਹ ਪ੍ਰੋਬਲਮ ਹੁੰਦੀ ਤਾਂ ਉਹ ਵੀ ਸ਼ਾਇਦ ਕੋਈ ਨਾ ਕੋਈ ਮੰਦਰ ਬਣਾਉਂਦੇ, ਕੋਈ ਨਾ ਕੋਈ ਭਗਵਾਨ ਬਣਾਉਂਦੇ, ਉਹ ਗਿਆਨ ਦੇ ਨਾਲ ਆਪਣੇ ਨਾਲ ਆਪਣਾ ਵਧੀਆ ਰੱਬ ਬਣਾ ਕੇ ਉਹਨਾਂ ਨੂੰ ਪਛਾੜਦੇ। ਹੁਣ ਉਹ ਜ਼ਿੰਦਗੀ ਤੁਸੀਂ ਆਪਣੇ ਪ੍ਰਚਾਰਕਾਂ ਨੂੰ ਸਾਡਿਆਂ ਨੂੰ ਦੇਖੋ, ਬਾਬਿਆਂ ਦੇ ਨਾਲੋਂ ਇਹਨਾਂ ਨੂੰ ਇਹ ਥੋੜੀ ਪ੍ਰੋਬਲਮ ਸੀ ਵੀ ਇਹਨਾਂ ਨੂੰ ਲਾ ਕੇ ਤੇ ਬੰਦੇ ਨੂੰ ਯਾਦ ਕਰੀਏ, ਨਹੀਂ, ਇਹਨਾਂ ਦੇ ਅੰਦਰ ਜੈਲਸ ਸੀ ਉਹਦੇ ਨਾਲ ਵੀ ਹੱਦ ਹੋ ਗਈ ਯਾਰ, ਅਸੀਂ ਇੰਨੇ ਸਿਆਣੇ ਆ, ਇਹ ਏਦਾਂ ਲੱਖਾਂ ਕਰੋੜਾਂ 'ਚ ਖੇਡੀ ਜਾਂਦਾ, ਅਸੀਂ ਕਿਉਂ ਨਹੀਂ। ਉਹਦੇ ਲਈ ਬਹਾਨਾ ਲੱਭਿਆ ਵੀ ਕਿਹੜੀ ਚੀਜ਼ ਨੂੰ ਭੰਡੀਏ, ਕਿਹਨੂੰ ਗਲਤ ਕਹੀਏ ਤੇ ਆਪਣੇ ਆਪਣੀ ਮਾਰਕੀਟ ਬਣਾਈਏ, ਬਣਾ ਕੇ ਅੱਗੇ ਨਿਕਲ ਗਏ। ਉਸਾਰੂ ਸੋਚ ਵਾਲੇ ਬੰਦੇ ਦੇ ਅੰਦਰ ਇਹ ਕਦੇ ਵੀ ਨਹੀਂ ਹੁੰਦਾ ਵੀ ਮੈਂ ਢਾਉਣਾ ਕਿਹਨੂੰ ਆ, ਪਛਾਣਨਾ ਕਿਹਨੂੰ ਆ। ਬਸ ਘਟਨਾ ਆਉਂਦੀ ਆ, ਉਹਨੂੰ ਦੇਖਣ ਦਾ ਨਜ਼ਰੀਆ ਆਪਣਾ ਉਹਦਾ ਇੱਦਾਂ ਦਾ ਹੁੰਦਾ। ਤੁਸੀਂ ਗੁਰੂ ਸਾਹਿਬ ਨੂੰ ਦੇਖੋ, ਜੋ ਵੀ ਸਾਹਮਣੇ, ਹੁਣ ਚਾਹੇ ਵਿਧਵਾ ਵਿਵਾਹ ਦੀ ਗੱਲ ਆ, ਘੁੰਡ ਕੱਢਣੇ ਦੀ ਗੱਲ ਆ, ਬੌਧਸ਼ਾਹ ਦੀ, ਚਾਹੇ ਸਮਾਜਿਕ ਰੀਤੀ ਆ, ਚਾਹੇ ਉਹ ਧਾਰਮਿਕ ਗੁੰਡਾਗਰਦੀ ਆ, ਚਾਹੇ ਕੋਈ ਸਿਆਸੀ ਮਸਲਾ ਆ, ਜਦੋਂ ਕੋਈ ਘਟਨਾ ਸਾਹਮਣੇ ਆਉਂਦੀ ਆ, ਆਪਣਾ ਜਿਹੜਾ ਉਹਨਾਂ ਦਾ ਪੁਆਇੰਟ ਆ ਨਾ, ਉਹਨਾਂ ਦੇ ਵਿਊ ਦਾ ਪੁਆਇੰਟ ਆ, ਉਹਨਾਂ ਦਾ ਦ੍ਰਿਸ਼ਟੀਕੋਣ ਆ ਘਟਨਾ ਨੂੰ ਦੇਖਣ ਦਾ, ਉਹ ਬਾਕੀਆਂ ਨਾਲੋਂ ਵੱਖਰਾ ਉਸਾਰੂ ਆ, ਅੱਗੇ ਜਾਣੇ ਵਾਲਾ ਆ, ਉਹਦੇ ਹਿਸਾਬ ਨਾਲ ਉਹ ਆਪਣਾ ਆਪਣੀ ਸਟੇਟਮੈਂਟ ਦਿੰਦੇ ਆ, ਨਜ਼ਰੀਆ ਦਿੰਦੇ ਆ। ਉੱਥੇ ਅਗਲੇ ਨੂੰ ਲੱਗ ਰਿਹਾ, ਕਿਤੇ ਬਾਦਸ਼ਾਹ ਨੂੰ ਲੱਗ ਰਿਹਾ ਆ ਵੀ ਇਹ ਖਤਰਾ ਬਣੂ ਮੇਰੇ ਲਈ, ਕਿਤੇ ਪ੍ਰਿਥੀਚੰਦ ਨੂੰ ਲੱਗ ਰਿਹਾ ਵੀ ਮੇਰੀ ਗੱਦੀ ਖੋਊਗਾ,
ਕਿਤੇ ਬ੍ਰਹਮਣ ਨੂੰ ਲੱਗ ਰਿਹਾ ਪਏ ਲੋਕਾਂ ਨੂੰ ਤੋੜੂਗਾ ਮੇਰੇ ਨਾਲ। ਉਹ ਰਲ ਕੇ ਸਾਜਿਸ਼ਾਂ ਕਰਦੇ ਆ ਤੇ ਇਹੋ ਜਿਹਾ ਸੁਭਾਅ ਵਾਲਾ ਬੰਦਾ ਕਦੇ ਸਾਜਿਸ਼ ਨਹੀਂ ਕਰਦਾ, ਕਦੇ ਕੰਸਪਰੇਸੀ ਨਹੀਂ ਕਰਦਾ ਕਿਸੇ ਦੇ ਵਿਰੁੱਧ ਵੀ ਇਹਨੂੰ ਢਾਉਣਾ ਆ, ਏਦਾਂ ਪਲੈਨ ਕਰੀਏ ਵੀ ਤੂੰ ਏਦਾਂ ਕਰੀ, ਮੈਂ ਏਦਾਂ ਕਹੂੰਗਾ, ਤੂੰ ਆ ਕਹੀ, ਆਪਾਂ ਕਰਕੇ ਆ ਸਿੱਟਾ ਕੱਢਾਂਗੇ। ਨਾ, ਕਦੇ ਅਜਮਾ ਕੇ ਦੇਖ ਲਿਓ ਤੁਸੀਂ ਜਿਹੜੇ ਖੇਤਰ ਵਿੱਚ ਉਸਾਰੂ ਸੋਚੋਗੇ ਨਾ, ਜੋ ਜੋ ਕਰਨਾ ਤੁਸੀਂ, ਤੁਸੀਂ ਜੈਨੂਨ ਸਹੀ ਦੇਖ ਕੇ ਜੋ ਢੁਕਵਾਂ ਜੋ ਹੋਣਾ ਚਾਹੀਦਾ ਆ ਇਹ ਸੋਚ ਕੇ ਤੁਸੀਂ ਫੈਸਲੇ ਲੈਣੇ ਆ। ਉਹਦੇ ਸਿੱਟੇ ਵਜੋਂ ਕਈਆਂ ਨੇ ਡੈਮੇਜ ਹੋਣਾ ਆਪਣੇ ਆਪ, ਤੇ ਉਹ ਇਲਜ਼ਾਮ ਤੁਹਾਡੇ ਤੇ ਇਲਜ਼ਾਮ ਲਾਉਣਗੇ, ਧੋਖਾ ਦੇਣ ਦੀ ਕੋਸ਼ਿਸ਼ ਕਰਨਗੇ, ਤੁਹਾਡੇ ਤੇ ਦੋਸ਼ ਆਇਦ ਕਰਨਗੇ ਇਹਨੇ ਸਾਜ਼ਿਸ਼ ਕੀਤੀ। ਗੁਰੂ ਸਾਹਿਬ ਕਿਤੇ ਜਾਣੀ ਜਿਹੜੀ ਜਿਹੜੇ ਇਲਜ਼ਾਮ ਲੱਗ ਰਿਹਾ ਗੁਰੂ ਸਾਹਿਬ ਦੇ ਉੱਤੇ, ਕਿਤੇ ਹੋਇਆ ਵੀ ਉਹਨਾਂ ਨੇ ਕਿਸੇ ਨੂੰ, ਅਸੀਂ ਪਤਾ ਨਹੀਂ ਕਾਹਤੇ ਇਹ ਗੱਲਾਂ ਜੋੜ ਦਿੱਤੀਆਂ ਵੀ ਗੁਰੂ ਸਾਹਿਬ ਨੇ ਬਹਾਦਰ ਸ਼ਾਹ ਦੀ ਮਦਦ ਦਿੱਤਾ, ਸੋਚਿਆ ਵੀ ਚਲੋ ਇਹਨੂੰ ਗੱਦੀ ਤੇ ਬਹਿ ਜਾਵੇ ਇਹ। ਜਾਣੀ ਔਰੰਗਜ਼ੇਬ ਵਰਗਾ ਬਾਬਰ ਤੋਂ ਲੈ ਕੇ ਕਿੰਨੀਆਂ ਪੀੜ੍ਹੀਆਂ ਉਹਨਾਂ ਦੀਆਂ ਲੰਘ ਗਈਆਂ ਤੇ ਬਹਾਦਰ ਸ਼ਾਹ ਦੇ ਵੇਲੇ ਦਸਵੇਂ ਪਾਤਸ਼ਾਹ ਨੂੰ ਇੱਦਾਂ ਲੱਗਿਆ ਵੀ ਹਾਂ ਇਹ ਸਿਆਣਾ ਨਿਕਲੂਗਾ। ਜਿਹਨਾਂ ਤਾਲਿਬਾਨੀਆਂ ਨੂੰ ਕਹਿੰਦੇ ਅਸੀਂ ਵੀ ਜਹਾਂਗੀਰ ਨੂੰ ਗੱਦੀ ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਵੀ ਨਹੀਂ ਵੀ ਇਹ ਬੈਠ ਕੇ ਸਾਡਾ ਏਜੰਡਾ ਪੁਸ਼ ਕਰੂਗਾ, ਠੀਕ ਹੈ, ਤੇ ਉਹਨਾਂ ਵਾਂਗ ਗੁਰੂ ਸਾਹਿਬ ਸੋਚ ਰਹੇ ਆ ਵੀ ਇਹ ਬਹਿ ਜਾ ਤੇ ਮੇਰਾ ਏਜੰਡਾ ਪੁਸ਼ ਕਰੂਗਾ, ਫਿਰ ਇਹ ਤੇ ਬਾਕੀਆਂ ਨੂੰ ਸਜ਼ਾ ਦਊਗਾ ਜਿੱਦਾਂ ਮੈਂ ਕਹੂੰਗਾ ਉਦਾਂ ਹੋਊਗੀ। ਹੱਦ ਹੋ ਗਈ ਯਾਰ, ਸਾਜਿਸ਼ ਨਹੀਂ ਰਹਿੰਦੀ। ਹੁਣ ਸੋਚ ਕੇ ਦੇਖਿਓ ਤੁਸੀਂ, ਜੇ ਕਿਤੇ ਨਾ ਅਸੀਂ ਹੁਣ, ਮੈਂ ਤਾਂ ਉਪਰੀਆਂ ਉਪਰੀਆਂ ਗੱਲਾਂ ਜਿੰਨੀ ਕੁ ਮੇਰੇ ਦਿਮਾਗ 'ਚ ਆਈਆਂ ਮੈਂ ਤੁਹਾਨੂੰ ਕਹੀਆਂ, ਜੇ ਤੁਸੀਂ ਕਾਪੀ ਪੈਨ ਲੈ ਕੇ ਬਹਿ ਜਾਓ ਕਿਤੇ ਆਪ, ਤੁਸੀਂ ਸੋਚੋ ਵੀ ਜਿਹੜਾ ਬੰਦਾ ਆਪਣੀ ਪਲੈਨਿੰਗ ਬਣਾਉਣ ਲੱਗਦਾ ਆ ਉਹ ਜੀਂਦਾ ਕਿੱਦਾਂ ਆ, ਉਹਦੇ ਅੰਦਰ ਉਤਸ਼ਾਹ ਕਿੱਦਾਂ ਰਹਿੰਦਾ ਆ। ਕਿਉਂਕਿ ਜਿਹੜਾ ਨਾ ਜਿਹੜੀ ਸਹਿਣਸ਼ੀਲਤਾ ਆ ਉਹਦੇ ਲਈ ਉਤਸ਼ਾਹ ਦਾ ਹੋਣਾ ਲਾਜ਼ਮੀ ਆ। ਹੁਣ ਤੁਸੀਂ ਕਲਪਨਾ ਕਰਕੇ ਦੇਖੋ ਵੀ ਤੁਹਾਡੇ ਅੰਦਰ ਸਹਿਣਸ਼ੀਲਤਾ ਜਿਹੜੀ ਆ ਜਿੰਨਾ ਕੁ, ਇੱਕ ਦਿਨ ਦੀ ਜੇ ਗੱਲ ਕਰੀਏ, ਜਿੰਨੀ ਕੁ ਸਮਰੱਥਾ ਸੀ ਤੁਹਾਡੀ ਉਹ ਖਤਮ ਹੋ ਗਈ, ਸਹਿਣਸ਼ੀਲਤਾ ਹੁਣ ਹੈ ਨਹੀਂ ਤੁਹਾਡੇ ਅੰਦਰ। ਵੀ ਤੁਰੇ ਜਾਂਦੇ ਤੁਸੀਂ ਇਹਦਾ ਕਿਤੇ ਠੋਕਰ ਲੱਗੀ ਆ ਉਸ ਵੇਲੇ ਕਿੱਦਾਂ ਦੀ, ਜਾਣੀ ਥੱਕੇ ਹੋ ਤੁਸੀਂ, ਐਨਰਜੀ ਹੈ ਨਹੀਂ ਤੁਹਾਡੇ ਅੰਦਰ, ਠੀਕ ਹੈ, ਨਿਰਾਸ਼ਾ ਵਿੱਚ ਚੱਲ ਗਏ ਆ। ਠੀਕ ਹੈ, ਹੁਣ ਬੱਚੇ ਨੇ ਕੋਈ ਮਾੜੀ ਮੋਟੀ ਗਲਤੀ ਕਰ ਦਿੱਤੀ, ਤੁਸੀਂ ਜਵਾਬ ਕਿੱਦਾਂ ਦਾ ਦੇਣਾ ਆ, ਤੁਹਾਡੇ ਤੁਹਾਡੀ ਵਾਈਫ ਨੇ ਜਾਂ ਤੁਹਾਡੇ ਹਸਬੈਂਡ ਨੇ ਕੁਛ ਮਾੜਾ ਮੋਟਾ ਉੱਦਾਂ ਦਾ ਕਹਿ ਦਿੱਤਾ, ਕਿਤੇ ਤੁਸੀਂ ਇੱਦਾਂ ਟੀਵੀ ਦੇਖ ਰਹੇ ਕਿਸੇ ਟੀਵੀ ਬੰਦ ਕਰ ਦਿੱਤਾ, ਕਿਤੇ ਦਾਲ ਸਬਜ਼ੀ 'ਚ ਲੂਣ ਮਿਰਚ ਜ਼ਿਆਦਾ ਪੈ ਗਿਆ, ਜੋ ਕੁਛ ਵੀ ਨਿਕਲਣਾ ਤੁਹਾਡੇ ਅੰਦਰੋਂ ਨਾ, ਉਹ ਅਗਲੇ ਨੂੰ ਇੱਦਾਂ ਲੱਗਣਾ ਵੀ ਦੱਸ ਇਹ ਮੈਨੂੰ ਖਤਮ ਕਰੋ। ਹੁਣ ਜੇ ਸਹਿਣਸ਼ੀਲਤਾ ਬਚਾ ਕੇ ਰੱਖੀ ਆ, ਕਦੇ ਵੀ ਜ਼ਿੰਦਗੀ 'ਚ ਚੇਤਾ ਰੱਖਿਓ ਕਿਤੇ ਘੁੰਮਣ ਜਾਵੋ, ਸੈਰ ਕਰਨ ਗਏ ਆ, ਬਾਜ਼ਾਰ ਗਏ ਆ, ਸ਼ੋਪਿੰਗ ਕਰਨ ਗਏ ਆ, ਕੰਮ 'ਤੇ ਗਏ ਆ, ਆਪਣੇ ਆਪ ਨੂੰ ਪੜ੍ਹ ਲਿਓ, ਆਪਣਾ ਜੋੜ ਘਟਾਓ ਕਰਕੇ ਰੱਖਿਓ, ਆਪਣੇ ਆਪ ਨੂੰ ਮਿਣ ਕੇ ਰੱਖਿਓ ਵੀ ਮੈਂ ਕਿੰਨਾ ਆ, ਮਤਲਬ ਕਿੰਨਾ ਘੁੰਮ ਸਕਦਾ ਮੈਂ, ਕਿੰਨੀਆਂ ਸ਼ੋਪਾਂ 'ਚ ਜਾਣ ਦੀ ਮੇਰੇ ਅੰਦਰ ਸਮਰੱਥਾ ਆ। ਤੁਹਾਡੇ ਕੋਲ ਉੱਥੋਂ ਉਹ ਕੁਛ ਕਰਕੇ ਜਿਹੜਾ ਇੰਜੋਏ ਕਰਨ ਗਏ ਆ ਉਹ ਕਰਕੇ ਘਰ ਜਾ ਕੇ ਕੱਪੜੇ ਬਦਲ ਕੇ ਨਹਾ ਕੇ ਖਾਣਾ ਪੀਣਾ ਬਣਾ ਕੇ ਤਾਂ ਸੌਣ ਤੱਕ ਸਹਿਣਸ਼ੀਲਤਾ ਬਚਣੀ ਚਾਹੀਦੀ ਆ। ਸਾਰੀ ਨਹੀਂ ਆਪਣੀ ਖਤਮ ਕਰਕੇ ਆਉਣੀ ਚਾਹੀਦੀ ਕਿਤੇ ਵੀ। ਜਿਹੜਾ ਪਲੈਨਿੰਗ ਨਹੀਂ ਕਰਦਾ ਬੰਦਾ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੇਰੇ ਅੰਦਰ ਸਮਰੱਥਾ ਕਿੰਨੀ ਆ, ਕਿੱਥੇ ਕੁ ਜਾ ਕੇ ਮੈਂ ਥੱਕ ਜਾਂਦਾ, ਕਿੱਦਾਂ ਦੀਆਂ ਗੱਲਾਂ ਮੈਨੂੰ ਇਰੀਟੇਟ ਕਰਦੀਆਂ, ਕਿਹੜੀ ਚੀਜ਼ ਮੈਨੂੰ ਤਕਲੀਫ ਦਿੰਦੀ ਆ। ਜੇ ਉਹ ਪੜ੍ਹ ਲਵੋ ਤੁਸੀਂ ਆਪਣੇ ਆਪ ਨੂੰ, ਸਮਝ ਲਓ ਤੇ ਤੁਸੀਂ ਛੱਡ ਦਿਓਗੇ ਉਹਨਾਂ ਨੂੰ।